ਇੱਥੇ ਨਿਕੰਮਾ ਮੁੱਖ ਮੰਤਰੀ ਜੇ ਅੱਜ ਤੱਕ ਬਣਿਆ ਕੈਪਟਨ ਅਮਰਿੰਦਰ ਸਿੰਘ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਰ ਮਿਲਣੀ ਉਸ ਸਮੇਂ ਫੋਟੋ ਸੈਸ਼ਨ ਵਿੱਚ ਤਬਦੀਲ ਹੋ ਗਈ ਜਦੋਂ ਸਮਾਗਮ ਦੇ ਅੰਤ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਪ੍ਰਤੀਨਿਧੀਆਂ ਨੂੰ ਦੂਰ ਖੜਾ ਕਰਕੇ ਆਪਣੇ ਵਰਕਰਾਂ ਨਾਲ ਤਸਵੀਰਾਂ ਖਿਚਵਾਉਣਾ ਸ਼ੁਰੂ ਕਰ ਦਿੱਤੀਆਂ। ਇਸ ਸਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਦੱਸਿਆ, ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਤੋਂ MP ਭਗਵੰਤ ਮਾਨ ਦੇ ਕੰਮਾਂ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਜਦੋਂ ਮੁਲਾਜ਼ਮ ਉਹਨਾਂ ਪਾਸ ਮਦਦ ਲਈ ਆਉਂਦੇ ਹਨ ਤਾਂ ਉਹ ਮੁਲਾਜ਼ਮਾਂ ਨੂੰ ਕਹਿੰਦੇ ਹਨ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਟੈਂਕੀਆਂ ਤੇ ਚੜ ਜਾਣ। ਮੈਨੂੰ ਕਹਿਣ ਲੱਗੇ ਕਿ ਥੋੜੇ ਨੇ ਤੁਸੀਂ ਟੈਂਕੀ ਤੇ ਚੜਦੇ ਸੀ 5 ਮਿੰਟਾਂ ਤੁਸੀਂ ਥੱਲੇ ਪਾਰ ਲੈਂਦੇ ਸੀ, ਇਹ ਪਾਰਨਾ ਹੀ ਥੱਲੇ ਅੱਜ ਉੱਤੇ ਟੱਕੇ ਰਹਾਂਗੇ, ਇਹ ਤਾਂ ਪ੍ਰਵਾਹ ਹੀ ਨਹੀਂ ਕਰਦਾ ਰਾਜਾ। ਸਰਕਾਰਾਂ ਬਹੁਤ ਪੰਜਾਬ ਦੀਆਂ ਬਣੀਆਂ, ਪਰ ਮੈਂ ਇੰਨਾ ਕਹਿ ਸਕਦਾ ਪੰਜਾਬ ਵਿੱਚ ਸਭ ਤੋਂ ਨਿਖੇਧ ਨਿਕੰਮਾ ਮੁੱਖ ਮੰਤਰੀ ਜੇ ਅੱਜ ਤੱਕ ਬਣਿਆ ਕੈਪਟਨ ਅਮਰਿੰਦਰ ਸਿੰਘ ਹੈ। ਇਹੋ ਮਾੜਾ ਬੰਦਾ ਨਹੀਂ ਹੋ ਸਕਦਾ। ਤੁਸੀਂ ਦੇਖ ਲਓ, ਕੋਈ ਝੂਠੀ ਸੌਂਹ ਕੁਰਾਨ ਦੀ ਖਾ ਸਕਦਾ, ਕੋਈ ਝੂਠੀ ਸੌਂਹ ਗੀਤਾ ਦੀ ਖਾ ਸਕਦਾ, ਕੋਈ ਝੂਠੀ ਖਾ ਗੁਟਕਾ ਸਾਹਿਬ ਦੀ ਖਾ ਸਕਦਾ, ਕੈਪਟਨ ਖਾ ਸਕਦਾ। ਲਿਖ ਕੇ ਦੇ ਦਿੱਤਾ, ਇਹਦੇ ਨਾਲ ਨੀ ਬਣਾ ਦਲ ਤੋਂ ਲਿਖਿਆ ਹੁੰਦਾ। ਸ਼ਰਮ ਆਉਂਦੀ ਅੱਗੇ ਦੇਖੀ ਸਾਡੇ ਪੰਜਾਬ ਤੋਂ ਆਪਾਂ ਮੁਕਾਬ ਕਿਵੇਂ ਬਰਪਾ ਲੈ ਬਣਾ ਜਾਂ ਚੁੜਕਲਿਆਂ ਨਾਲ ਢਿੱਡ ਨਹੀਂ ਭਰਦਾ। ਆਪਾਂ ਬੰਦੇ ਨਫੀਸ ਭੇਜੀਏ, ਸਿਆਣੇ ਭੇਜੀਏ, ਜਿਹੜੀ ਆਪਣੀ ਗੱਲ ਕਰ ਸਕਣ, ਆਪਣੇ ਪੰਜਾਬ ਦੀ ਗੱਲ ਉਠਾ ਸਕਣ। ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੇ ਐਸੇ ਜਿੰਨੇ ਮਰਜ਼ੀ ਆ ਕੋਈ ਡਰਾਮੇ ਵਾਲੇ ਬੁਲਾ ਲਈ। ਸੋ ਮੈਂ ਇਹ ਬੇਨਤੀ ਕਰਦਾ ਕਿ ਆਹ ਜਿਹੜੇ ਹੁਣ 1.5-2 ਮਹੀਨੇ ਹੈ, ਸਾਰੇ ਮਿਹਨਤ ਕਰੋ, ਆਪਾਂ ਬਦਲਾ ਲੈਣਾ ਇਸ ਕੰਮ ਤੋਂ ਜਿਹੜੇ ਝੂਠੀਆਂ ਸਹੁੰਆਂ ਖਾਧੀਆਂ ਹੈ। ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਸਿਧਾਂਤਾਂ ਤੋਂ ਫਿਰਨ ਵਾਲੀ ਪਾਰਟੀ ਦੱਸਿਆ, ਜੋ ਕਿ ਕਾਂਗਰਸ ਨਾਲ ਗੱਠਜੋੜ ਕਰਨ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਢੀਂਡਸਾ ਨੇ ਮੰਨਿਆ ਕਿ ਕੇਂਦਰ ਵਿੱਚ BJP ਨਾਲ ਗੱਠਜੋੜ ਅਤੇ ਮੁਸਲਮਾਨਾਂ ਖਿਲਾਫ BJP ਦੇ ਨੇਤਾਵਾਂ ਦੇ ਨਫ਼ਰਤ ਭਰੇ ਬਿਆਨਾਂ ਕਾਰਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸਲਮਾਨਾਂ ਦੀਆਂ ਵੋਟਾਂ ਤੇ ਅਸਰ ਪਵੇਗਾ। ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸਾਰੇ ਸ਼ੋਗਰ ਸਮੁੱਚੇ ਫਰੀਦਕੋਟ ਦਾ ਹਲਕੇ ਚੁਆੜੇ ਤੇ ਬਜ਼ੁਰਗ ਤੇ ਨੌਜਵਾਨ ਸਾਥੀ, ਸਮੁੱਚੀ ਪ੍ਰੈਸ, ਸਭ ਤੋਂ ਪਹਿਲਾਂ ਫਤਿਹ ਅਸਕਰ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਗਮ ਦੇ ਅੰਤ ਵਿੱਚ ਪਾਰਟੀ ਦਾ ਲਿਟਰੇਚਰ ਅਤੇ ਝੰਡੀਆਂ ਪੈਰਾਂ ਵਿੱਚ ਰੁਲਦੀਆਂ ਦਿਸੀਆਂ। ਇਸ ਮੌਕੇ ਪਾਰਟੀ ਦੇ ਵੱਖ ਵੱਖ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੁੰਡਾ, ਗੋਬਿੰਦ ਸਿੰਘ ਲੌਂਗੋਵਾਲ, ਹਲਕਾ ਇੰਚਾਰਜ ਮੁਹੰਮਦ ਉਵੇਸ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ MLA ਮਲੇਰਕੋਟਲਾ ਬੀਬੀ ਫਰਜ਼ਾਨਾ ਆਲਮ, ਐਡਵੋਕੇਟ ਜ਼ੁਲਫਿਕਾਰ ਅਲੀ ਮਲਿਕ, ਸੁਫੇਲ ਮਲਿਕ, ਸੁਫੀਕ ਚੌਹਾਨ, ਸ਼ਮਸ਼ਾਦ ਚੌਕ, ਜਾਹਿਦ ਖਾਨ ਜੇਜ਼ੀ ਅਤੇ ਮੁਹੰਮਦ ਜਾਸਰ ਤੋਂ ਇਲਾਵਾ ਅਕਾਲੀ ਦਲ ਦੇ ਵਰਕਰਾਂ ਨੇ ਸ਼ਿਰਕਤ ਕੀਤੀ। ਮਲੇਰਕੋਟਲਾ ਤੋਂ ਸ਼ਾਹਿਦ ਜ਼ੁਬੇਰੀ ਦੀ ਰਿਪੋਰਟ।